पटियाला के प्रताप नगर 24 नंबर फाटक के पास 19 तारीख की रात को हुआ था मर्डर। इस मर्डर में पुलिस ने एक बड़ी सफलता हासिल की। पटियाला पुलिस ने एक व्यक्ति को धर दबोचा है। बताया जाता है कि इस मर्डर के पीछे का कारण आपसी बहस थी। दोनों ही पार्टियां खाने के लिए ढाबे पर गई थी। ढाबे पर आपस में कहासुनी हुई। बाप बेटे ने पकड़कर बिजली बोर्ड के दो कर्मचारियों की हत्या कर दी। वहीं इस पूरे मामले पर SPD पटियाला हरमीत सिंह हुंदल ने जानकारी देते हुए बताया कि 19 तारीख की रात को एक बाप बेटे ने जो बिजली बोर्ड के दो कर्मचारियों की हत्या की थी 12 बोर पिस्तल के साथ, पुलिस ने कत्ल करने वाला हथियार भी बरामद कर लिया है और एक दोषी पुलिस की गिरफ्त में है। मुख्य कारण हत्या का आपस में बहसबाजी के चलते हुए हत्या को अंजाम दिया गया था और कोई पुरानी रंजिश नहीं थी। दूसरे आरोपी की तलाश में पुलिस ने टीमें बनाकर भेजी हैं। जल्द ही दूसरा आरोपी भी पुलिस की गिरफ्त में होगा। 19 तरीक नूं 24 नंबर फाटक दे कोल रात नूं डबल मर्डर होया सीगा, जिस दे विच अमरीक सिंह ते सिमरनजीत सिंह दो जने दी डैथ हो गई सीगी। उस दे विच जिहड़ा हैगा ड्यूरिंग इन्वेस्टिगेशन दो बंदे जिहड़े नामजद होए सीगे, अमनदीप सिंह ते उहदा लड़का मनराज सिंह। मनराज सिंह जिहड़ा हैगा इहने अपनी 12 बोर गन दे नाल जिहड़ा हैगा उत्थे शूट कीता सीगा। ਜਿਹੜਾ ਹੁਣ ਅੱਜ ਅਸੀਂ ਮਨਰਾਜ ਸਿੰਘ ਨੂੰ ਟੈਂਟਲ ਜਿਹੜਾ ਪਟਿਆਲਾ ਸਮਾਣਾ ਰੋਡ ਦੇ ਉੱਪਰ ਜਿਹੜਾ ਟੈਂਟਲ ਜਗ੍ਹਾ ਤੋਂ ਅਸੀਂ ਇਹਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਇਹਦੇ ਕੋਲੋਂ ਜਿਹੜੀ ਯੂਜ਼ ਕੀਤੀ ਹੋਈ 12 ਬੋਰ ਗਨ ਹੈ ਅਤੇ 20 ਦਿਨ ਦਾ ਕਾਰਤੂਸ ਅਤੇ 2-3 ਜਿਹੜੇ ਹੈਗੇ ਨੇ ਖਾਲੀ ਕੋਲ ਜਿਹੜੇ ਹੈਗੇ ਉਹ ਰਿਕਵਰ ਕੀਤੇ ਨੇ। ਇਹ ਲਾਇਸੈਂਸੀ 12 ਬੋਰ ਹੈਗੀ ਹੈ ਜੀ। ਇਹਦੇ ਜਿਹੜਾ ਹੈਗਾ ਬੇਸਿਕਲੀ ਮਨਰਾਜ ਜਿਹੜਾ ਹੈਗਾ ਇਹ ਸ਼ੂਟਿੰਗ ਦੀ ਪ੍ਰੈਕਟਿਸ ਕਰਦਾ ਅਤੇ ਇਹਦੇ ਜਿਹੜਾ ਇਹਦੇ ਨਾਮ 'ਤੇ ਜਿਹੜੀ ਹੈਗੀ ਹੈ ਲਾਇਸੈਂਸ ਹੈਗਾ। ਸਰ ਕਾਰਨ ਕੀ ਹੈ ਜੀ? ਕਾਰਨ ਬੇਸਿਕਲੀ ਢਾਬੇ 'ਤੇ ਖਾਣਾ ਖਾ ਰਹੇ ਸੀਗੇ। ਇੱਕ PG ਦੇ ਵਿੱਚ ਰਹਿੰਦੇ ਨੇ 24 ਨੰਬਰ ਫਾਟਕ ਦੇ ਕੋਲ ਨਜ਼ਦੀਕ, ਉੱਥੇ PG 'ਚ ਰਹਿੰਦੇ ਸੀਗੇ, ਢਾਬੇ 'ਤੇ ਆਉਂਦੇ ਸੀ ਖਾਣਾ ਖਾਂਦੇ ਸੀ। ਦੂਜੀ ਪਾਰਟੀ ਵੀ ਜਿਹੜੇ ਹੈਗੇ ਅਮਰੀਕ ਸਿੰਘ ਉਹਨੇ ਵੀ ਉੱਥੇ ਖਾਣਾ ਖਾ ਰਹੇ ਸੀ। ਆਪਸ ਵਿੱਚ ਉੱਥੇ ਕਿਸੇ ਛੋਟੀ ਜਿਹੀ ਗੱਲ ਪਿੱਛੇ ਬਹਿਸ ਵਸਾਈ ਹੋ ਗਈ ਅਤੇ ਲੜਾਈ ਹੋ ਗਈ। ਲੜਾਈ ਪਬਲਿਕ ਨੇ ਛੁਡਵਾ ਦਿੱਤੀ। ਉਸ ਤੋਂ ਬਾਅਦ ਗੁੱਸੇ 'ਚ ਨੇ ਜਿਹੜਾ ਹੈਗੇ ਇਹਦੇ ਫਾਦਰ ਦੇ ਸੱਟਾਂ ਵੱਜੀਆਂ ਸੀਗੀਆਂ। ਗੁੱਸੇ 'ਚ ਆ ਕੇ ਇਹਨੇ ਆਪਣੀ 12 ਬੋਰ ਦੇ ਨਾਲ ਇਹਨੇ ਅਤੇ ਇਹਦੇ ਫਾਦਰ ਨੇ ਉੱਥੇ ਮਿਲ ਕੇ ਜਿਹੜੇ ਹੈਗੇ ਦੋਨੋਂ ਉਸ ਵੇਲੇ ਸਾਨੂੰ 7 ਰਾਊਂਡ ਤਾਂ ਖਾਲੀ ਜਿਹੜੇ ਹੈਗੇ ਨੇ ਮੌਕੇ 'ਤੇ ਹੀ ਮਿਲ ਗਏ ਸੀਗੇ ਅਤੇ ਜਿਹੜੇ ਹੈਗੇ ਨੇ 7 ਤੋਂ ਜ਼ਿਆਦਾ ਰਾਊਂਡ ਜਿਹੜੇ ਉੱਥੇ ਬੋਡੀ 'ਤੇ ਜਿਹੜੇ ਇਹਨਾਂ ਦੇ ਅਮਰੀਕ ਸਿੰਘ ਦੇ ਜਿਹੜਾ ਹੈਗਾ ਇਹਦੇ ਸਿਰ 'ਚ, ਇਹਦੇ ਸਟਮਕ ਦੇ ਵਿੱਚ, ਉਹਦੇ ਜਿਹੜਾ ਹੈਗਾ ਬਾਕੀ ਬੋਡੀ 'ਤੇ, ਬੈਕ 'ਤੇ ਕਾਫੀ ਜਿਹੜੇ ਸ਼ੋਟਸ ਲੱਗੇ ਹੋਏ ਸੀਗੇ ਅਤੇ ਸਿਮਰਨਜੀਤ ਸਿੰਘ ਦੇ ਵੀ ਜਿਹੜਾ ਹੈਗਾ ਸਿਰ ਦੇ ਜਿਹੜਾ ਸ਼ੋਟ ਸੀਗੇ। ਸਰ ਇਹਦਾ ਫਾਦਰ ਫੜੇਗੇ? ਨਹੀਂ, ਇਹ ਜਲਦੀ ਅਸੀਂ ਇਹਦੇ ਫਾਦਰ ਨੂੰ ਵੀ ਫੜ ਲਵਾਂਗੇ। ਇਹ ਦੋਨੋਂ ਭੱਜੇ ਹੋਏ ਸੀਗੇ। ਨੋਰਮਲ ਜਿਹੜਾ ਹੈਗਾ ਪਬਲਿਕ ਜਿਹੜੀ ਹੈਗੀ ਹੈ ਖਾਣਾ ਖਾਂਦੀ ਹੈ ਜਿਸ ਵੇਲੇ ਇਹ ਕੋਈ ਜ਼ਿਆਦਾ 9:30 ਵਜੇ ਦੇ ਕਰੀਬ ਜਿਹੜੀ ਲੜਾਈ ਸ਼ੁਰੂ ਹੋਈ ਸੀਗੀ, ਕੋਈ ਜ਼ਿਆਦਾ ਲੇਟ ਨਹੀਂ ਸੀਗਾ। ਇਹਦੇ ਕਰਕੇ ਲੜਾਈ ਦਾ ਸਟਾਰਟਿੰਗ ਜਿਹੜੀ ਉਸ ਵੇਲੇ ਖਾਣਾ ਖਾਣ ਤਕਰੀਬਨ 9:30 ਵਜੇ ਗਏ। ਸਰ ਇਹਦੀ ਕਿੰਨੀ ਕੇਸ ਹੈ ਜੀ ਜਿਹੜਾ ਮੁੰਡਾ ਤੁਸੀਂ ਫੜਿਆ? ਇਹ 20 ਸਾਲ ਦੀ ਉਮਰ ਹੈ ਜੀ ਇਹਦੀ, ਜਿਹੜਾ ਮਨਰਾਜ ਸਿੰਘ। ਇਹਦਾ ਕੋਈ ਟਰੈਕ ਰਿਕਾਰਡ ਤਾਂ ਨਹੀਂ ਹੈ ਸਰ? ਨਹੀਂ ਜੀ, ਪਹਿਲਾਂ ਕੋਈ ਟਰੈਕ ਰਿਕਾਰਡ ਹੈ ਨਹੀਂ। ਕੋਈ ਪੁਰਾਣੀ ਰੰਜਿਸ਼ ਵਗੈਰਾ ਕੋਈ ਹੁੰਦੀ? ਪੁਰਾਣੀ ਰੰਜਿਸ਼ ਕੋਈ ਨਹੀਂ ਹੈ ਜੀ। ਆਪਸ ਬਸ ਜਿਹੜੀ ਇੰਸਟੈਂਟ ਜਿਹੜੀ ਸਡਨ ਪ੍ਰੋਵੋਕੇਸ਼ਨ ਦੇ ਕਰਕੇ ਹੀ ਜਿਹੜੀ ਲੜਾਈ ਹੋ ਗਈ। ਠੀਕ ਹੈ, ਠੀਕ ਹੈ।